Viewers, welcome back in our program. Once again, to our uh, viewers, to uh, this important appeal, you must agree that there is no human rights channel like TV84 worldwide. To keep the TV84 running, we need your economic help. To donate, please go to our website TV84.tv and become a recurring donor. Donate whatever you feel comfortable, but donate. Or make a check in name of TV84 and mail it at 36-0137th Avenue, Long Island City, New York 1101 USA. We also look for advice and volunteers in this field. Thank you. ਵੈਰੀ ਮੱਚ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤਰ ਤੁਸੀਂ ਅਗਲੇ ਇਸ਼ੂ ਬਾਰੇ ਇਨ ਫੈਕਟ ਕੱਲ ਮੈਂ ਇੱਕ ਰੇਡੀਓ ਇੰਟਰਵਿਊ ਬੜਾ ਪਪੂਲਰ ਪ੍ਰੋਗਰਾਮ ਹੈ ਇਹਨਾਂ ਦਾ ਜਿਸ ਦਾ ਨਾਮ ਹੈ ਸ਼ਾਇਦ ਸਾਜ਼ ਔਰ ਆਵਾਜ਼ ਉਸ ਤੇ ਦਿੱਤਾ ਸੀ ਤੇ ਉਸ ਤੇ ਉੱਤੇ ਇੱਕ ਵੀਰ ਟ੍ਰਾਂਟੋ ਤੋਂ ਉਹਨਾਂ ਨੇ ਕਮੈਂਟ ਕੀਤਾ ਹੈ ਅਮਰੀਕ ਸਿੰਘ ਸਿੰਦਰ ਕਹਿੰਦੇ ਨੇ ਡਾਕਟਰ ਜੀ ਆਈ ਵਾਸ ਲਿਸਨਿੰਗ ਟੂ ਯੋਰ ਇੰਟਰਵਿਊ ਔਨ ਦਾ 770 ਰੇਡੀਓ ਐਂਡ ਟੁਡੇ ਹਿੰਦੂ ਪੀਪਲ ਆਰ ਐਂਗਰੀ ਇਹ ਪਾਕਿਸਤਾਨੀ ਚੈਨਲ ਹੈ ਵੀ ਅੱਜ ਹਿੰਦੂ ਲੋਕ ਬੜੇ ਦੁਖੀ ਨੇ ਇਫ ਯੂ ਹੈਵ ਦਾ ਟਾਈਮ ਕਾਲ ਦਾ ਹੋਸਟ ਜਸ ਟੂ ਸੀ ਵਟ ਐਗਜ਼ੈਕਟਲੀ ਇਜ਼ ਗੋਇੰਗ ਔਨ ਉਹ ਪ੍ਰੋਟੈਸਟ ਕਰ ਰਹੇ ਹੁਣ ਇਹ ਮੈਂ ਪਹਿਲੀ ਵਾਰੀ ਇਸ ਰੇਡੀਓ ਤੇ ਕਰ ਉਹਨਾਂ ਦੀ ਦੁਪਹਿਰੇ ਹੋਸਟ ਦੀ ਕਾਲ ਆਈ ਜੀ ਤੇ ਉਹਨਾਂ ਨੇ ਕਿਹਾ ਜੀ ਮੈਂ ਤੁਹਾਡਾ ਇੱਕ ਕਲਿੱਪ ਦੇਖਿਆ ਜਿਹਦੇ ਵਿੱਚ ਮੈਂ ਬਹੁਤ ਮੋਤਾਸਰ ਹੋਈ ਐ ਤੇ ਮੈਂ ਚਾਹੁੰਦੇ ਹਾਂ ਕੋ ਲੰਬਾ ਇੰਟਰਵਿਊ ਨਹੀਂ ਸੀ ਮੈਂ ਤਾਂ 4-5 ਮਿੰਟ ਦਾ ਇੰਟਰਵਿਊ ਸੀ ਪਰ ਚਲੋ ਉਹਨਾਂ ਨੂੰ ਜੇ ਤਕਰੀਬ ਹੋਏ ਮਨ ਰੁਤੀ ਟਿਕਾਣੇ ਲੱਗੇ ਜੀ ਅਮਰਜੀਤ ਸਿੰਘ ਅੱਜ ਲਿਖਦੇ ਨੇ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜੀਓ ਪੋਲਿਟਿਕਸ an old friend is better than two new ones elite played significant role in destruction of world muslim are the scapegoat to justify their criminal behavior it's a global phenomena that need global solution ohna ne keha bhi sansar badal re hai aur hamesha purana dost jehda ho navan doan nanu changa hunda hai aur jehde apne aap nu elite aur kon wale ne sophisticated pade likhe ਇਸ ਸੰਸਾਰ ਦੀ ਤਬਾਹੀ ਚ ਮੁੱਖ ਰੋਲ ਅਦਾ ਕਰ ਰਹੇ ਨੇ ਮੁਸਲਮਾਨਾਂ ਨੂੰ ਤਾਂ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਔਰ ਇਹ ਇੱਕ ਗਲੋਬਲ ਫੀਨੋਮਨਾ ਬਣ ਗਿਆ ਔਰ ਇਸ ਦਾ ਹੱਲ ਜਿਹੜਾ ਗਲੋਬਲੀ ਨਿਕਲਣਾ ਚਾਹੀਦਾ ਬਹੁਤ انہਾਂ ਦੀ ਹਮੇਸ਼ਾ ਹੀ ਬੜੀ ਸਿਆਣੀ رائے ਵੀ ਹੁੰਦੀ ਹੈ ਕਮੈਂਟ ਹੁੰਦਾ ਇਹਨਾਂ ਦਾ ਜੀ ਜਸਪ੍ਰੀਤ ਸਿੰਘ ਜਸਜੀਤਨੂਆ ਜਗਤਾਰ ਸਿੰਘ ਹਰਮੇਲ ਸਿੰਘ ਸਿੰਘ ਸੁਰਿੰਦਰ ਨਿੰਦਰ ਸਿੰਘ ਕੁਲਜੀਤ ਸਿੰਘ ਇਹਨਾਂ ਸਾਰੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰਸ ਹੁਣ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ ਵੈਸੇ ਕਿਸ਼ੂ ਲਾਈਨ ਅਪ ਤਾਂ ਕੀਤਾ ਸੀ ਬਟ ਸਮਾਂ ਸੀਮਾ ਕਰਕੇ ਮੈਂ ਨਹੀਂ ਜਾ ਸਕਾਂਗਾ ਮੈਂ ਹੀ ਕਹਾਂਗਾ ਕਿ ਜੋ ਕਸ਼ਮੀਰ ਛੋਹ ਰਿਹਾ ਇਹ ਵੀ ਸਾਡੇ ਦਿਲਾਂ ਨੂੰ ਇਟਸ ਮੇਕਿੰਗ ਅਸ ਬਲੀਡ ਹਾਰਟ ਬਲੀਡਿੰਗ ਜਿਹਨੂੰ ਕਹਿੰਦੇ ਨੇ ਇਵੇਂ ਅਸੀਂ ਮਹਿਸੂਸ ਕਰਦੇ ਹਾਂ ਜੀ ਔਰ ਹਿੰਦੁਸਤਾਨ ਦਾ ਜਿਹੜਾ ਹੋਮ ਮਿਨਿਸਟਰ ਹੈ ਰਾਜਨਾਥ ਉਹ ਇਹਦੇ باوجود ਕਿ ਕੀ ਕਸ਼ਮੀਰ ਦੇ ਵਿੱਚ ਕਿੰਨਾ ਖੂਨ ਖਰਾਬ ਹੈ ਉਹ ਕਹਿ ਰਿਹਾ ਪਾਕ ਪਾਕਿਸਤਾਨ ਵਾਂਟਸ ਟੂ ਡੀਸਟੈਬਲਾਈਜ਼ ਨਾਟ ਜਸਟ ਕਸ਼ਮੀਰ ਬਟ ਐਂਟਾਇਰ ਇੰਡੀਆ ਤੁਸੀਂ ਉੱਥੇ ਜੋ ਕਰ ਰਹੇ ਹੋ ਕਸ਼ਮੀਰੀਆਂ ਦੇ ਨਾਲ ਇਸ ਗੱਲ ਨੂੰ ਪਾਸੇ ਛੱਡ ਕੇ ਕਿ ਭਾਈ ਉਹਦਾ ਤੁਸੀਂ ਸੋਲੂਸ਼ਨ ਲੱਭੋ ਜੀ ਔਰ ਹਿੰਦੁਸਤਾਨ ਟਾਈਮਜ਼ ਦੀ ਸਟੋਰੀ ਹੈ ਕਿ ਹੁਣ ਸਿਚੁਏਸ਼ਨ ਇਹ ਹੈ ਵੀ ਕਸ਼ਮੀਰੀ ਮੁੰਡਿਆਂ ਨਾਲ ਗੱਲ ਕਰਨੀ ਪੈਗੀ ਇਹਨਾਂ ਨੂੰ ਅਦਰਵਾਈਜ਼ ਇਹਨਾਂ ਦੀ ਸਿਚੁਏਸ਼ਨ ਉਹਦੇ ਕੰਟਰੋਲ 'ਚ ਨਹੀਂ ਹੈ ਪਰ ਉਹ ਉਹ ਕਹਿੰਨ ਨਾਥਕੜਾ ਆਣੂ ਫਿਰ ਇਹ ਨੱਕ ਬਣਾਉਗਾ ਸਾਰਾ ਭਾਰਤ ਨੂੰ ਡਿਸਟੈਬਲਾਈਜ਼ ਕਰ ਰਹੇ ਨੇ ਔਰ ਇਹਨਾਂ ਦੀਆਂ ਏਜੰਸੀਆਂ ਅਜ ਪਸ਼ਾਵਰ ਦੇ ਨੇੜੇ ਵੀ ਇੱਕ ਸ਼ੀਆ ਮਸਜਿਦ ਦੇ ਵਿੱਚ ਜਿਹੜਾ ਧਮਾਕਾ ਹੋਇਆ ਹੈ 22 ਬੰਦੇ ਮਰ ਸਭ ਇਹਨਾਂ ਦੀਆਂ ਏਜੰਸੀਆਂ ਦਾ ਕੰਮ ਹੈ ਜੀ ਪਰ ਚਲੋ ਹੁਣ ਤੁਸੀਂ ਮੈਨੂੰ ਅੱਜ ਦੇ ਵਿਚਾਰ ਲਈ ਕਹੇ ਤੇ ਜਿਵੇਂ ਮੈਂ 31 ਮਾਰਚ ਦੀ ਗੱਲ ਕੀਤੀ ਹੈ ਜੀ ਇਮਤਿਹਾਨ ਇਮਤਿਹਾਨਾਂ ਤੋਂ ਹਮੇਸ਼ਾ ਹੀ ਡਰ ਲੱਗਦਾ ਈਵਨ ਜੀਸਸ ਨੇ ਵੀ ਕਿਹਾ ਵੀ ਉਹ ਰੱਬ ਮੈਨੂੰ ਵੱਖਰੇ ਇਮਤਿਹਾਨ ਚ ਨਾ ਪਾਈ ਉਹ ਨਤੀਜਾ ਤਾਂ 31 ਮਾਰਚ ਹੈ ਜੀ ਪਾਈ ਗੁਰਦਾਸ ਜੀ ਦੀ ਵਾਰ ਜਿਹੜੀ ਹੈ ਉਸ 13ਵੀਂ ਵਾਰ ਦੀਆਂ ਦੋ ਪੌੜੀਆਂ ਹਮੇਸ਼ਾ ਮੇਰਾ ਧਿਆਨ ਖਿੱਚਦੀਆਂ ਨੇ ਔਰ ਅੱਜ ਜਦੋਂ ਕਿ ਮੈਂ ਆਪਣੀ ਮਾਨਸਿਕ ਕਸ਼ਮਕਸ਼ ਦੇ ਨਾਲ ਜੂਝ ਰਿਹਾ ਸੀ ਕੱਲ ਤੋਂ ਤੇ ਮੈਂ ਫਿਰ ਇਹਨਾਂ ਦੋ ਪੌੜੀਆਂ ਨੂੰ ਹੀ ਚੁਣਿਆ ਅੱਜ ਦੇ ਵਿਚਾਰ ਲਈ ਹਲਾ ਅੱਜ ਅਸੀਂ ਬਾਬਾ ਫਰੀਦ ਜੀ ਦਾ ਵਿਚਾਰ ਚੁਣਦੇ ਹਾਂ ਬਟ ਨੈਕਸਟ ਵੀਕ ਪਹਿਲਾ ਇਕਵੀਂ ਪੌੜੀ ਹੈ ਕਿ ਭਈ ਜਿਹੜੇ ਸਦਕ ਹੁੰਦਾ ਉਹ ਕੀ ਹੈ ਔਰ ਕਿਵੇਂ ਜਿਹੜੇ ਸਦਕਵਾਨ ਨੇ ਕਿਨਾਂ ਹਾਲਾਤਾਂ ਚ ਆਪਣੇ ਸਦਕ ਦੇ ਉੱਤੇ ਰੱਬ ਦੀ ਕਿਰਪਾ ਦੇ ਨਾਲ ਪਹਿਰਾ ਦੰਦੇ ਨੇ ਧਰਤੀ ਉੱਪਰ ਕੋਟ ਗੜ ਪੁਇ ਚਾਲ ਕਮੰਦੇ ਝਖੜ ਆਏ ਤਰਵਰਾ ਸਰਬੱਤ ਹਲੰਦੇ ਦਬ ਲੱਗਾ ਉਜਾੜ ਵਿੱਚ ਸਭ ਕਾ ਜਲੰਦੇ ਹੜ ਆਏ ਕਿਨ ਥੰਮੀਆਂ ਦਰਿਆਓ ਵਹੰਦੇ ਅੰਬਰ 파ਟੇ ਥਿਗਲੀ ਕੂੜਿਆਰ ਕਰਨਦੇ ਸੰਗ ਹੈ ਅੰਦਰ ਸਾਬਤੇ ਸੇ ਵਿਰਲੇ ਬੰਦੇ ਜੀ ਕਿ ਭੀ ਜਦੋਂ ਜ਼ਮੀਨ ਦੇ ਉੱਤੇ ਪੁਚਾਰ ਆਂਦੇ ਨੇ ਤੇ ਵੱਡੇ ਵੱਡੇ ਕਿਲੇ ਵੀ ਹਿਲ ਜਾਂਦੇ ਨੇ ਧਰਤੀ ਉੱਪਰ ਕੋਟਗੜ੍ਹ ਕਰੋਣਾ ਕਿਲੇ ਜਿਹੜੇ ਨੇ ਉਹ ਹਿਲ ਜਾਂਦੇ ਨੇ ਜਦੋਂ ਪੁਚਾਰ ਆਂਦੇ ਨੇ ਝਖੜ ਆਏ ਤਰਵਰਾ ਸਰਬੱਤ ਹਲੰਦੇ ਜਦੋਂ ਝੱਖੜ ਆਂਦੇ ਤੇ ਸਾਰੇ ਦਰਖਤ ਜਿਹੜੇ ਨੇ ਉਹਨਾਂ ਦੇ ਪੱਤੇ ਝੜ ਜਾਂਦੇ ਨੇ ਕਈ ਜੜਾਂ ਤੋਂ ਓਖੜ ਜਾਂਦੇ ਨੇ ਦਰਖਤ ਹਿਲ ਜਾਂਦੇ ਨੇ ਜੀ ਦਬ ਲੱਗਿਆ ਉਹ ਜਾੜ ਵਿੱਚ ਸਭ ਕਾਹ ਜਲੰਦੇ ਜਦੋਂ ਅੱਗ ਲੱਗਦੀ ਹੈ ਜੰਗਲ ਦੇ ਵਿੱਚ ਤੇ ਸਭ ਕੁਸ਼ੀ ਸੜ ਜਾਂਦਾ ਸਭ ਕਾ ਜਿਹੜਾ ਕਾਫੂਸ ਉਹਦੇ ਹਵਾਲੇ ਹੋ ਜਾਂਦਾ ਹੜ ਆਏ ਕਿਨ ਥੰਮੀਂ ਦਰਿਆਵ ਵਹੰਦੇ ਜਦੋਂ ਫਰੱਡ ਆਂਦੇ ਨੇ ਦਰਿਆਵਾਂ ਚ ਪਾਣੀ ਦਾ ਇੰਨਾ ਬਹਾਅ ਕਿ ਉਹ ਸਭ ਕੁਝ ਰੋੜ ਕੇ ਲੈ ਜਾਂਦਾ ਉਹਨੂੰ ਕੌਣ ਰੋਕ ਸਕਦਾ ਹੈ ਕੌਣ ਥੰਮ ਸਕਦਾ ਹੈ ਅੰਬਰ 파ਟੇ ਥਿਗਲੀ ਕੂੜਿਆਰ ਕਰਨਦੇ ਉਹਨਾਂ ਨੇ ਕਿਹਾ ਬਰੇ ਜਿਹੜੇ ਝੂਠੇ ਗੋਸਿਪਰ ਨੇ ਕੂੜੇ ਕਿਸਮ ਦੇ ਲੋਕ ਨੇ ਇਹ ਜੇ ਅਸਮਾਨ ਵੀ 파ਟ ਜਾਏ ਬਿਜਲੀ ਲਿਸ਼ਕਰਾਈ ਹੋਏ ਤਾਂ ਇਹ ਟਾਕੀ ਲਾ ਰਹੇ ਹੁੰਦੇ ਨੇ ਅਸਮਾਨ ਨੂੰ ਇਹ ਸਮਝਦੇ ਨੇ ਕਿ ਭਾਈ ਅਸੀਂ ਉਹਨੂੰ ਸੀਰ ਹੈ ਔਰ ਇਹ ਇੱਕ ਪਾਸੇ ਕੂੜਿਆਰਾਂ ਦਾ ਇਹ ਹੈ ਇਹ ਜਿਹੜੇ ਵੀ ਉਹਨਾਂ ਨੇ ਗੱਲ ਪੁਚਾਲ ਦੀ ਅੱਗ ਦੀ ਤੂਫਾਨ ਦੇ ਕੀਤੇ ਹਿਊਮਨ ਲਾਈਫ ਸਾਨੂੰ ਕਿਵੇਂ ਰਿਲੇਟ ਕਰਦੇ ਆ ਕਿ ਸਾਡੇ ਜੀਵਨ ਦੇ ਵਿੱਚ ਡੇ ਟੂ ਡੇ ਜ਼ਿੰਦਗੀ ਵਿੱਚ ਜਦੋਂ ਅਸੀਂ ਨਾ ਸਾਰਿਆਂ ਚੋਂ ਨਿਕਲਦੇ ਆਂ ਤੇ ਅਖੀਰ ਹੈ ਸੰਗ ਹੈ ਅੰਦਰ ਸਾਬਤੇ ਸੇ ਵਿਰਲੇ ਬੰਦੇ ਇਵੇਂ ਹੀ ਰੱਬ ਜਦੋਂ ਪਰਖ ਚ ਪਾਉਂਦਾ ਹੈ ਪ੍ਰੀਖਿਆ ਚ ਪਾਉਂਦਾ ਹੈ ਝਖੜਾਂ ਚੋਂ ਤੂਫਾਨਾਂ ਚੋਂ ਅੱਗ ਚੋਂ ਪੁਚਾਲਾਂ ਚੋਂ ਜੋ ਸਾਡੇ ਅੰਦਰ ਚੱਲ ਰਿਹਾ ਹੁੰਦਾ ਹੈ ਆਰਥਿਕ ਦੂਜੇ ਤੀਜੇ ਪਰਿਵਾਰਕ ਬਿਮਾਰੀ ਸਭ ਕੁਝ ਹੈ ਇਸ ਸਾਰਜ ਸੰਗ ਹੈ ਅੰਦਰ ਸਾਬਤੇ ਸੇ ਵਿਰਲੇ ਬੰਦੇ ਜਦੋਂ ਗੁਰੂ ਇਹ ਸੰਗ ਰਚਾ ਕੇ ਪਰਖ ਕਰ ਰਿਹਾ ਹੁੰਦਾ ਤੇ ਫਿਰ ਵਿਰਲੇ ਹੁੰਦੇ ਨੇ ਜਿਹੜੇ ਉਸ ਟੈਸਟ ਨੂੰ ਪਾਸ ਕਰਦੇ ਨੇ ਇਸ ਟੈਸਟ ਦੇ ਖਰੁੰਦੇ ਨੇ ਔਰ ਹੁਣ ਇੱਥੇ ਵੀ ਅਲਟੀਮੇਟਲੀ ਭਾਈ ਸਾਹਿਬ ਨੇ ਗੁਰੂ ਦੇ ਹਵਾਲੇ ਕਰ ਦਿੱਤਾ ਕਿ ਜੇ ਸਾਬਤ ਵੀ ਅਸੀਂ ਰਹਿਣਾ ਹੈ ਸੰਗ ਦੇ ਅੰਦਰ ਐਗਜ਼ਾਮ ਦੇ ਅੰਦਰ ਤੇ ਉਹ ਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਰਹਾ ਜਾ ਸਕਦਾ ਹੈ ਆਪਣੀ ਹਿੰਮਤ ਨਾਲ ਇੱਕ ਸਟੇਜ ਆਂਦੀ ਹੈ ਤੁਹਾਡੀ ਹਿੰਮਤ ਵੀ ਟੁੱਟ ਜਾਂਦੀ ਹੈ ਤੁਹਾਡੇ ਸਬਰ ਦਾ ਜਿਹੜਾ ਪੈਮਾਨਾ ਉਹ ਲਿਬਰੇਜ਼ ਹੋ ਜਾਂਦਾ ਹੈ ਔਰ ਇਹ ਦੂਸਰੀ ਜਿਹੜੀ ਇਸ ਦੀ ਪੌੜੀ ਹੈ ਜਿਹੜੀ ਪਹਿਲੀ ਅਸੀਂ ਕਿੰਵੀਂ ਪੌੜੀ ਹੈ 23ਵੀਂ ਵਾਰ ਦੀ ਦੂਜੀ 22ਵੀਂ ਪੌੜੀ ਹੈ ਜੇ ਮਾਉ ਮਾਉ ਪੁੱਤੈ ਵਿਸ ਦੇ ਤਿਸਤੇ ਕਿਸ ਪਿਆਰਾ ਜੇ ਘਰ ਪੰਨੈ ਪਾਹਰੂ ਕੌਣ ਰੱਖਣ ਹਾਰ ਬੇੜੀ ਡੋਬੈ ਪਾਤਣੀ ਕਿਉਂ ਪਾਰ ਉਤਾਰਾ ਆਗੂ ਲੈ ਉਜੜ ਪਵੇ ਕਿਸ ਕਰੇ ਪੁਕਾਰਾ ਜੇਕਰ ਖੇਤੈ ਖਾਏ ਵਾੜ ਕੋ ਲਹ ਨਸਾਰਾ ਜੇ ਗੁਰ ਪਰਮਾਏ ਸੰਗ ਕਰ ਕਿਆ ਸਿੱਖ ਵਿਚਾਰ ਇਹਨੇ ਖੂਬਸੂਰਤ ਅਲੰਕਾਰ ਪਾ ਹੀ ਸਾਬ ਨੇ ਇਸਤੇਮਾਲ ਕੀਤੇ ਨੇ ਉਹਨਾਂ ਨੇ ਕਿਹਾ ਜੇ ਮਾਉ ਪੁੱਤੈ ਵਿਸਦੇ ਤਿਸ ਤੇ ਕਿਸ ਪਿਆਰ ਹੁਣ ਮਾਂ ਦੇ ਪੁੱਤਰ ਲਈ ਮਾਂ ਤੋਂ ਵੱਧ ਕੇ ਹੋਰ ਕਿਹੜਾ ਪਿਆਰ ਤੇ ਜੇ ਮਾਂ ਹੀ ਪੁੱਤਰ ਨੂੰ ਜ਼ਹਿਰ ਦੇਣ ਤੇ ਆ ਜਾਏ ਤਾਂ ਉਹਨੂੰ ਕੌਣ ਬਚਾ ਸਕਦਾ ਜੀ ਜੀ ਜੇ ਮਾਓ ਪੁੱਤੇ ਵਿਸਦੇ ਤਿਸ ਤੇ ਕਿ ਉਸ ਤੋਂ ਤਾਂ ਕਿਸੇ ਨੂੰ ਪਿਆਰਾ ਨਹੀਂ ਸੀ ਤੇ ਉਹ ਹੀ ਤਾਂ ਜ਼ਹਿਰ ਦੇਣ ਤੇ ਆ ਗਈ ਜੇ ਘਰ ਪੰਨੇ ਪਹਰੂ ਕੌਣ ਰੱਖਣ ਹਾਰਾ ਹੁਣ ਤੁਸੀਂ ਪਹਿਰੇਦਾਰ ਚੌਂਕੀਦਾਰ ਰੱਖਦੇ ਹੋ ਕਿ ਘਰ ਦੀ ਰਖਵਾਲੀ ਕਰਨੀ ਹੈ ਉਹਨੇ ਤੇ ਜੇ ਉਹੀ ਤੁਹਾਡੇ ਘਰ ਚੋਰੀ ਕਰਨ ਦੀ ਉਹਦੀ ਨੀਅਤ ਹੋਏ ਤੇ ਘਰ ਨੂੰ ਕੌਣ ਬਚਾ ਸਕਦਾ ਬੇੜੀ ਡੋਬੇ ਪਾਤਣੀ ਕਿਉਂ ਪਾਰ ਉਤਾਰਾ ਪਾਤਣੀ ਕਹਿੰਦੇ ਨੇ ਬੋਟਮੈਨ ਮਲਾ ਜੀ ਹੁਣ ਤੁਸੀਂ ਬੇੜੀ ਤੇ ਚੜੇ ਕਿ ਮਲਾ ਤੁਹਾਨੂੰ ਪਾਰ ਲਜਾਏਗਾ ਤੇ ਮਲਾ ਨੇ ਮਿਥਿਆ ਹੋਇਆ ਉਹਨੇ ਤੁਹਾਨੂੰ ਡੋਬਣਾ ਫਿਰ ਤੁਹਾਨੂੰ ਤੁਸੀਂ ਡੁੱਬੋਗੇ ਤੁਸੀਂ ਬਚ ਨਹੀਂ ਸਕਦੇ ਆਗੂ ਲੈ ਉੱਜੜ ਪਵੇ ਕਿਸ ਕਰੇ ਪੁਕਾਰਾ ਤੁਸੀਂ ਲੀਡਰ ਚੁਣਦੇ ਹੋ ਕਿ ਭਾਈ ਉਹ ਤੁਹਾਡਾ ਪਾਰ ਉਤਾਰਾ ਕਰੇਗਾ ਤੁਹਾਨੂੰ ਲੀਡ ਕਰੇਗਾ ਜੋ ਅਕਾਲੀ ਕਰ ਰਹੇ ਨੇ 47 ਚ ਕੀਤਾ ਜੋ ਅੱਜ ਬੇੜਾਗਰ ਕਰ ਰਹੇ ਨੇ ਪਰ ਜੇ ਆਗੂ ਲੈ ਉੱਜੜ ਪਵੇ ਜੇ ਆਗੂ ਹੀ ਤੁਹਾਨੂੰ ਜਿਹੜਾ ਉਹ ਬਰਬਾਦ ਕਰਨ ਤੇ ਆ ਜਾਏ ਏ ਕਿਬ ਜਮੇ ਹੋਇਆ ਕਿ ਤੂੰ ਇਧਰ ਉਧਰ ਕੀ ਬਾਤ ਨਾ ਕਰ ਤੂੰ ਇਹ ਬਤਾ ਕਿ ਕਾਫਲਾ ਕਿਉਂ ਲੁੱਟਾ ਇਹ ਰਾਹ ਜਨੀ ਕੀ ਬਾਤ ਨਹੀਂ ਤੇਰੀ راہبری ਦਾ ਸਵਾਲ ਹੈ ਉंजे ਰਾਬਰ ਜਿਹੜਾ ਉਹੀ ਰਾਜਨ ਬਣ ਜਾਏ ਜਿਨੇ ਬਚਾਣੇ ਉਹ ਰਲ ਜਾਏ ਡਾਕੂਆਂ ਦੇ ਨਾਲ ਜੇਕਰ ਖੇਤ ਐ ਖਾਇਵਾੜ ਕੋ ਲਹਿ ਨਾ ਸਾਰਾ ਹੁਣ ਤੁਸੀਂ ਵਾੜ ਲਾਉਂਦੇ ਹੋ ਖੇਤ ਨੂੰ ਪ੍ਰੋਟੈਕਟ ਕਰਨ ਦੇ ਲਈ ਜੀ ਤੇ ਵਾੜ ਹੀ ਖਾਣ ਲੱਗ ਜਾਏ ਫਿਰ ਕੌਣ ਬਚਾਏਗਾ ਤੇ ਅਖੀਰ ਚ ਇੱਕ ਜੇ ਗੁਰ ਪਰਮਾਏ ਸਾੰਗ ਕਰ ਕਿ ਆ ਸਿੱਖ ਵਿਚਾਰ ਜੇ ਗੁਰੂ ਆਦੇ ਸਿੱਖ ਨੂੰ ਪ੍ਰੀਖਿਆ ਹ ਸਿੱਖ ਨੂੰ ਹੰਕਾਰ ਹੋਏ ਜੇ ਮੇਰੇ ਵਰਗੀ ਸਿੱਖੀ ਕਿੱਥੇ ਹੈ ਕਿਹਦੇ ਕੋਲ ਹੈ ਤੇ ਫੇਰ ਤੁਸੀਂ ਨਹੀਂ ਬਚ ਸਕਦੇ ਸੋ ਅਲਟੀਮੇਟਲੀ ਇਹ ਹੀ ਹੈ ਕਿ ਸਤਗੁਰੂ ਦੇ ਅੱਗੇ ਆਪਾ ਸਮਰਪਣ ਕਰਕੇ ਇਹ 31 ਮਾਰਚ ਜਿਹੜਾ ਰੋਜ਼ ਹੀ ਹੁੰਦਾ ਜ਼ਿੰਦਗੀ ਚ ਹਰ ਪਲ ਅਸੀਂ ਉਸ ਮਾਰਚ ਨੂੰ ਜਿਉਂਦੇ ਹਾਂ ਕਿਉਂਕਿ ਹਰ ਪਲ ਸਾਡੀ ਪ੍ਰੀਖਿਆ ਦਾ ਇਮਤਿਹਾਨ ਦਾ ਹੈ ਤੇ ਗੁਰੂ ਦੇ ਅੱਗੇ ਆਪਾ ਸਮਰਪਣ ਕਰਕੇ ਹੀ ਇਸ ਇਮਤਿਹਾਨ ਚੋਂ ਪਾਸ ਹੋ ਸਕੀਦਾ ਮਾਸਟਰ ਨੂੰ ਤਾਂ ਗੰਨੇ ਛੋਲੇ ਦੇ ਕਿ ਵੀ ਪਾਸ ਹੋ ਜਾਂਦੇ ਸੀ ਜੀ ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਐਮ ਜੀ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸਨ ਆਪਣੇ ਵੀਅਰਸ ਕਲੇਨ ਇਜਾਜ਼ਤ ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਬੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਆਰਾ ਹਾਜ਼ਰ ਹੋਵਾਂਗੀ ਤਦ ਤੱਕ ਲਈ ਮੈਨੂੰ ਤੇ ਬਨਰਸਨ ਅਗਿਆ ਦਿਓ ਦੇਖਦੇ ਰਹੋ ਟੀਵੀ ਇਹਦੀ ਫੋਰ ਬਲਾਦੇਵ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਫਤਿਹ ਫਤਿਹ